ਦਾ ਬਾਰੀ ਆਪਣੀ ਆ ਹੁਣ ਕਿ ਅਸੀਂ ਕਿੰਨਾ ਸਨਮਾਨ ਦਿੰਦੇ ਆ ਪਿੱਛੇ ਬੈਠੇ ਮੇਰੇ ਵੀਰ ਮੈਨੂੰ ਨੀ ਲੱਗਦਾ ਕਿ ਉਹ ਆਪਣੀ ਭੈਣ ਦਾ ਸਿਰ ਚੁੱਕਣ ਦਊਗੇ ਪਹਿਲੀ ਤਰੀਕ ਨੂੰ ਪੂਰਾ ਜ਼ੋਰ ਲਾ ਕੇ ਵੋਟਾਂ ਪਵਾਉਗੇ ਤਾਂ ਕਿ ਮੈਂ ਵੀ ਕਹਿ ਸਕਾਂ ਕਿ ਮੈਂ ਭਾਵ ਚ ਗਈ ਸੀ ਤਾਂ ਮੇਰੀਆਂ ਭੈਣਾਂ ਤੇ ਵੀਰਾਂ ਨੇ ਮੇਰਾ ਬਹੁਤ ਸਾਥ ਦਿੱਤਾ ਮਾਣ ਨਾਲ ਮੇਰਾ ਸਿਰ ਉੱਚਾ ਕੀਤਾ ਤੁਸੀਂ ਸਾਰੇ ਦੇਖਦੇ ਹੋ ਕਿ ਭਾਰਤ ਬਹੁਤ ਤਰੱਕੀ ਕਰ ਰਿਹਾ ਮੋਦੀ ਜੀ ਦੀ ਰਹਿਨੁਮਾਈ ਚ ਦੇਸ਼ ਨੇ ਬਹੁਤ ਤਰੱਕੀ ਕੀਤੀ ਹੈ ਇਹ ਤਰੱਕੀ ਅਸੀਂ ਰੋਕਣ ਨਹੀਂ ਦੇਣੀ ਕਿਉਂਕਿ ਬਹੁਤ ਜ਼ਰੂਰਤ ਹੈ ਸਾਡੇ ਬੱਚਿਆਂ ਨੂੰ ਇਸ ਤਰੱਕੀ ਦੀ ਜਿਹੜੇ ਕਿ ਸਾਡੇ ਤੋਂ ਬਹੁਤ ਦੂਰ ਜਾਂਦੇ ਆ ਪ੍ਰਦੇਸ਼ਾਂ ਵਿੱਚ ਜਾ ਕੇ ਬੈਠ ਜਾਂਦੇ ਆ ਜੇ ਸਾਡਾ ਭਾਰਤ ਵੀ ਉਹਨਾਂ ਵਰਗਾ ਹੋਜੂਗਾ ਤਾਂ ਸਾਡੇ ਬੱਚੇ ਬਾਹਰ ਨਹੀਂ ਜਾਊਗੇ ਬਾਹਰ ਵਾਲਿਆਂ ਦੇ ਬੱਚੇ ਇੱਧਰ ਆ ਕੇ ਕੰਮ ਕਰੂਗੇ ਏਦਾਂ ਦਾ ਭਾਰਤ ਬਣਾਉਣਾ ਆ ਮੋਦੀ ਜੀ ਦੀ ਸੋਚ ਹੈ ਔਰ ਉਸ ਸੋਚ ਨੂੰ ਆਪਾਂ ਨੂੰ ਸੱਚ ਕਰਨਾ ਹੈ ਪੂਰਾ ਸਹਿਯੋਗ ਦੇਣਾ ਆ ਉਹਨਾਂ ਨੂੰ ਇਹ ਜ਼ਰੂਰ ਯਾਦ ਰੱਖਿਓ ਕਿ ਜੇ ਆਪਾਂ ਇੱਕ ਇੱਕ ਵੋਟ ਜਿਹੜੀ ਪਾਣੀ ਆ ਤੁਸੀਂ ਜਦੋਂ ਵੱਢਣ ਦਵਾਉਣਾ ਇਹ ਸੋਚਣਾ ਕਿ ਅਸੀਂ ਭਾਰਤ ਦੀ ਤਰੱਕੀ ਦੇ ਵਿੱਚ ਯੋਗਦਾਨ ਪਾ ਰਹੇ ਹਾਂ ਉਹਦੇ ਨਾਲ ਭਾਰਤ ਨੇ ਆਪਾਂ ਆਪਣਾ ਪੰਜਾਬ ਵੇਖੀਏ ਹਾਈਵੇ ਕਿੰਨੇ ਵਧੀਆ ਬਣ ਗਏ ਆਪਾਂ ਜਾਂਦੇ ਹਾਂ ਨਾ ਟਾਈਮ ਕਿੰਨਾ ਘੱਟ ਲੱਗਦਾ ਆ ਔਰ ਚੰਗੇ ਕਿੰਨੇ ਲੱਗਦੇ ਆ ਬਾਹਰਲੇ ਮੁਲਕਾਂ ਜਾ ਕੇ ਅਸੀਂ ਇਹੀ ਕੁਛ ਦੇਖਦੇ ਹਾਂ ਨਾ ਬਿਲਡਿੰਗਾਂ ਕਿੰਨੀਆਂ ਚੰਗੀਆਂ ਬਣਾਈ ਗਈਆਂ ਡਿਸਿਪਲਨ ਹੈ ਉਹ ਸਾਰਾ ਕੁਛ ਜਿਹੜਾ ਆ ਉਹ ਤੁਹਾਨੂੰ ਭਾਰਤ ਦੇ ਵਿੱਚ ਮਿਲਣਾ ਆ ਔਰ ਭਾਰਤ ਨੂੰ ਸਹਿਯੋਗ ਤੁਸੀਂ ਦੇਣਾ ਆ ਜੇ ਅਸੀਂ ਚਾਹਾਂਗੇ ਤਾਂ ਸਾਰਾ ਕੁਛ ਉਦਾਂ ਦਾ ਇੱਥੇ ਭਾਰਤ ਦੇ ਵਿੱਚ ਹੋਣਾ ਔਰ ਇਹ ਪੂਰਾ ਜਿਹੜਾ ਆ ਸਾਰਾ ਕੁਛ ਇਹ ਮੋਦੀ ਜੀ ਨੇ ਕਰਨਾ ਅੱਜ ਤੱਕ ਭਾਰਤ ਨੂੰ ਕਦੀ ਵੀ ਕੋਈ ਕੰਟਰੀ ਰਿਸਪੈਕਟ ਨਾਲ ਨਾਂ ਨਹੀਂ ਲੈਂਦੀ ਸੀ ਭਾਰਤ ਦਾ ਕਿਸੇ ਵੀ ਕੰਟਰੀ ਚ ਕੋਈ ਆਉਂਦਾ ਸੀ ਹੁਣ ਭਾਰਤ ਦਾ ਨਾਂ ਪਹਿਲੇ ਨੰਬਰ ਤੇ 5 ਸਾਲ ਸੋਮ ਪ੍ਰਕਾਸ਼ ਜੀ ਨੂੰ ਤੁਸੀਂ ਮੌਕਾ ਦਿੱਤਾ ਉਹ ਮੋਦੀ ਜੀ ਦੀ ਟੀਮ ਸੀ ਇਮਾਨਦਾਰੀ ਨਾਲ ਕੰਮ ਕੀਤਾ ਤੁਹਾਡੇ ਜਿਹੜੇ ਜਿਹੜੀ ਵੀ ਆਪਣੇ ਉੱਪਰ ਦਾਗ ਨਹੀਂ ਲੱਗਣ ਦਿੱਤਾ ਇਮਾਨਦਾਰੀ ਨਾਲ ਕੰਮ ਕੀਤਾ ਔਰ ਉਹਨਾਂ ਦੇ ਪਰਿਵਾਰ ਨੇ ਬਹੁਤ ਕੁਛ ਦੇਣਾ ਕਿਉਂਕਿ ਫਗਵਾੜੇ ਤੇ ਉਹਨਾਂ ਨੂੰ 2 ਵਾਰੀ MLA ਬਣਾਇਆ ਮੰਤਰੀ ਬਣਾਇਆ ਔਰ 3ਵੀ ਵਾਰੀ MP ਬਣਾਇਆ ਲੋਕਾਂ ਚ ਨਿਰਾਸ਼ਾ ਸੀ ਕਿ ਤੁਸੀਂ ਹੁਸ਼ਿਆਰਪੁਰ ਨਹੀਂ ਰਹਿੰਦੇ ਜੇ ਮੈਂ ਫਗਵਾੜਾ ਛੱਡਦੀ ਸੀ ਤਾਂ ਫਗਵਾੜੇ ਦੇ ਲੋਕਾਂ ਚ ਨਿਰਾਸ਼ਾ ਆਉਂਦੀ ਸੀ ਕਿ ਅਸੀਂ ਤੁਹਾਨੂੰ 3-3 ਵਾਰੀ ਮਾਰ ਦਿੱਤਾ ਤਾਂ ਤੁਸੀਂ ਸਾਨੂੰ ਛੱਡ ਕੇ ਚੱਲੇ ਹੋ ਸੋ ਇਸ ਕਰਕੇ ਫਗਵਾੜਾ ਵੀ ਹੁਸ਼ਿਆਰਪੁਰ ਦਾ ਹੀ ਹਲਕਾ ਹੈ ਵਿਧਾਨ ਸਭਾ ਇਸ ਕਰਕੇ ਉੱਥੇ ਰਹਿ ਸੀਗੀ ਤੇ ਰਹਿ ਸਾਡੀ